ਜਦੋਂ ਆਹ ਇਨਸਾਨ ਜੇਲ੍ਹ ਦੇ ਵਿੱਚੋਂ ਰਿਹਾ ਹੋਇਆ ਸੀ ਤੇ 500 ਗੱਡੀਆਂ ਲੈਣ ਵਾਸਤੇ ਗਈਆਂ ਸੀ ਕਿ ਇੰਨਾ ਲੋਕਾਂ ਦਾ ਇਕੱਠ ਹੋ ਗਿਆ ਸੀ ਜੇਲ੍ਹ ਦੇ ਬਾਹਰ ਕੋਈ ਇਸ ਦੇ ਗੱਲ ਦੇ ਵਿੱਚ ਹਾਰ ਪਾ ਰਿਹਾ ਸੀ ਕੋਈ ਲੱਡੂ ਵੰਡ ਰਿਹਾ ਸੀ ਪੂਰੇ ਮਾਲਵੇ ਏਰੀਏ ਦੇ ਵਿੱਚ ਚਰਚਾ ਹੋ ਗਈ ਸੀ ਕਿ ਡੈਂਪੀ ਚੰਦ ਭਾਣ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਆ ਸਿੱਧੂ ਮੂਸੇ ਵਾਲੇ ਨੇ ਵੀ ਇਸ ਦਾ ਗਾਣੇ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਟੇਢੀ ਪੱਗ ਮੰਨੇ ਡੈਂਪੀ ਚੰਦ ਭਾਣ ਵਰਗੀ ਇੰਡਸਟਰੀ 'ਚ ਠੱਕ ਸਲਮਾਨ ਵਰਗੀ ਇਹ ਦਸ ਗਾਣੇ ਦੇ ਬੋਲ ਸੀਗੇ ਕੌਣ ਸੀ ਡੈਂਪੀ ਚੰਦਪਾਣ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਵੀਡੀਓ ਸਾਰੀ ਸੁਣਿਓ ਡੈਂਪੀ ਚੰਦਪਾਣ ਪੂਰਾ ਨਾਮ ਪ੍ਰਭ ਜਿੰਦਰ ਸਿੰਘ ਬਰਾੜ ਜ਼ਮੀਨਦਾਰ ਇਸ ਨੂੰ 100 ਕਿਲਾ ਹੁੰਦਾ ਸੀ ਪਿੰਡ ਇਸ ਦਾ ਸੀਗਾ ਚੰਦਪਾਣ ਜ਼ਿਲ੍ਹਾ ਫਰੀਦਕੋਟ ਜੈਤੋ ਮੰਡੀ ਪੂਰੇ ਮਾਲਵੇ ਦੇ ਵਿੱਚ ਇਸ ਦਾ ਬਹੁਤ ਤਕੜੇ ਲੈਵਲ ਦੇ ਉੱਪਰ ਨਾਮ ਬਣ ਚੁੱਕਿਆ ਸੀਗਾ ਫਰੀਦਕੋਟ ਕੋਟਕਪੂਰਾ ਮੋਗਾ ਬਠਿੰਡਾ ਇੱਥੇ ਨਿੱਕੇ ਮਾੜੇ-ਮਾਠੇ ਕੇਸਾਂ ਦੇ ਵਿੱਚ ਇਸ ਦਾ ਨਾਮ ਬੋਲਣ ਲੱਗ ਗਿਆ ਸੀਗਾ ਵਾਰਦਾਤਾਂ ਦੇ ਵਿੱਚ ਇਸ ਦੀ ਉਮਰ ਘੱਟ ਸੀਗੀ ਜਸਟ ਐਮ ਇਸ ਦੇ ਪਿਤਾ ਦੀ ਮੌਤ ਹੋ ਗਈ ਤੇ ਇਸ ਨੂੰ ਘਰ ਦੇ ਵਿੱਚ ਕੋਈ ਸਮਝਾਉਣ ਵਾਲਾ ਨਹੀਂ ਸੀਗਾ ਤੇ ਇਹ ਹੌਲੀ-ਹੌਲੀ ਉਦਾਂ ਦੀ ਲੈਂਡ ਦੇ ਵਿੱਚ ਪੈਂਦਾ ਗਿਆ ਉਦਾਂ ਦੇ ਬੰਦਿਆਂ ਦੇ ਨਾਲ ਮਿਲਦਾ ਗਿਆ ਜਦੋਂ ਇਸ ਦਾ ਇੱਕ ਵਾਰੀ ਨਾਮ ਆ ਗਿਆ ਸੀਗਾ ਕਿ ਚੰਡੀਗੜ੍ਹ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਆ ਉੱਥੋਂ ਦੇ ਪ੍ਰਧਾਨ ਦਾ ਕਤਲ ਹੋ ਗਿਆ ਸੀਗਾ ਤੇ ਉਦੋਂ ਇਸ ਦਾ ਨਾਮ ਉਸ ਕਤਲ ਦੇ ਨਾਮ ਦੇ ਨਾਲ ਜੋੜਿਆ ਗਿਆ ਹਾਲਾਂਕਿ ਕਹਿੰਦੇ ਆ ਕਿ ਉਸ ਦਾ ਕੋਈ ਵੀ ਹੱਥ ਨਹੀਂ ਸੀਗਾ ਉਸ ਦੇ ਕਤਲ ਕਰਵਾਉਣ ਦੇ ਵਿੱਚ ਇਸ ਡੈਂਪੀ ਭਾਨ ਦੇ ਇੰਨੇ ਲਿੰਕ ਸੀਗੇ ਕਿ ਮਾਇਆਵਤੀ ਤੇ ਬਿਹਾਰ ਤੋਂ ਲਾਲੂ ਪ੍ਰਸ਼ਾਦ ਯਾਦਵ ਤੇ ਹਰਿਆਣੇ ਤੋਂ ਚਟਾਲਾ ਫੈਮਿਲੀ ਇਸ ਦੀ ਪੂਰੀ ਸਪੋਰਟ ਕਰਦੇ ਸੀਗੇ ਤੇ ਜਿੰਨੇ ਵੀ ਗੈਂਗਸਟਰ ਸੀਗੇ ਪੰਜਾਬ ਦੇ ਹਰਿਆਣੇ ਦੇ ਯੂਪੀ ਦੇ ਬਿਹਾਰ ਦੇ ਸਾਰਿਆਂ ਦੇ ਇਸ ਦੇ ਨਾਮ ਤੋਂ ਚੱਲਦੇ ਹੁੰਦੇ ਸੀ ਇਸ ਦਾ ਇੰਨਾ ਦਬ ਦਬਾ ਹੁੰਦਾ ਸੀ ਜਿਸ ਦਿਨ ਆਸ-ਪਾਸ ਵਾਲੇ ਪਿੰਡਾਂ ਦੇ ਲੋਕਾਂ ਨੂੰ ਪਤਾ ਲੱਗਦਾ ਸੀਗਾ ਕਿ ਡੈਂਪੀ ਚੰਦਪਾਣ ਆ ਆਪਣੇ ਪਿੰਡ ਚੰਦਪਾਣ ਪਹੁੰਚ ਰਿਹਾ ਆ ਤਾਂ ਲੋਕਾਂ ਦੀਆਂ ਲੈਣਾ ਲੱਗਦੀਆਂ ਹੁੰਦੀਆਂ ਸੀ ਇਸ ਦੇ ਘਰ ਆ ਬਾਹਰ ਇਸ ਨੂੰ ਮਿਲਣ ਵਾਸਤੇ ਕਿ ਲੋਕੀ ਕੋਈ ਕਿਸੇ ਕੰਮ ਆਇਆ ਹੁੰਦਾ ਸੀਗਾ ਕਿ ਸਾਡੀ ਇੱਥੇ ਸੁਣਵਾਈ ਨਹੀਂ ਹੋ ਰਹੀ ਤੇ ਇਹ ਬੰਦਾ ਇੱਕ ਫੋਨ ਲਾਉਂਦਾ ਹੁੰਦਾ ਸੀਗਾ ਉਸ ਮਹਿਕਮੇ ਦੇ ਵਿੱਚ ਤੇ ਲੋਕਾਂ ਦੇ ਕੰਮ ਇਦਾਂ ਹੁੰਦੇ ਸੀਗੇ ਵੀਸ ਨੇ ਆਪਣੇ ਪੈਨਡ ਲੈਵਲ ਤੇ ਆਪਣੇ ਏਰੀਏ ਦੇ ਵਿੱਚ ਆਪਣਾ ਪੂਰਾ ਨਾਮ ਜਿਹੜਾ ਕਿ ਬਣਾ ਲਿਆ ਸੀਗਾ ਤੇ ਲੋਕ ਇਸ ਨੂੰ ਪਸੰਦ ਕਰਦੇ ਸੀਗੇ ਕਿਉਂਕਿ ਇਹ ਹਰ ਇੱਕ ਦੇ ਕੰਮ ਆਉਂਦਾ ਹੁੰਦਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਡੈਂਪੀ ਕਿਸੇ ਵੀ ਸਰਕਾਰੀ ਅਹੁਦੇ ਤੇ ਨਹੀਂ ਸੀਗਾ ਪਰ ਕੋਈ ਵੀ ਉਸ ਦੀ ਗੱਲ ਮੋੜਦਾ ਨਹੀਂ ਹੁੰਦਾ ਸੀ ਜਦੋਂ ਉਹ ਕਿਸੇ ਵੀ ਵਿਭਾਗ ਦੇ ਵਿੱਚ ਫੋਨ ਲਗਾ ਦਿੰਦਾ ਹੁੰਦਾ ਸੀ ਸਾਲ 1991 ਦੇ ਵਿੱਚ ਸਿਮਰਜੀਤ ਸਿੰਘ ਮਾਨ ਵੱਲੋਂ ਇਹਨਾਂ ਨੇ ਆਪਣੀ ਪਾਰਟੀ ਵੱਲੋਂ ਡੈਂਪੀ ਚੰਦ ਭਾਨ ਨੂੰ ਕੋਟਕਪੂਰੇ ਤੋਂ ਵਿਧਾਨ ਸਭਾ ਦੀ ਟਿਕਟ ਵੀ ਦਿੱਤੀ ਗਈ ਸੀ ਪਰ ਉਹ ਚੋਣਾਂ ਰੱਦ ਹੋ ਗਈਆਂ ਸੀਗੀਆਂ ਕਿਸੇ ਵਜ੍ਹਾ ਕਰਕੇ ਤੇ ਅਨੁਮਾਨ ਲਗਾਇਆ ਜਾ ਰਿਹਾ ਸੀਗਾ ਕਿ ਡੈਂਪੀ ਚੰਦ ਭਾਨ ਦੀ 1991 ਦੇ ਵਿੱਚ ਜਿੱਤ ਪੱਕੀ ਸੀਗੀ ਉਸ ਤੋਂ ਬਾਅਦ ਇਹ ਸਿਆਸੀ ਪਾਰਟੀਆਂ ਦੀ ਨਜ਼ਰ ਦੇ ਵਿੱਚ ਆ ਗਿਆ ਕਾਲੀ ਕਾਂਗਰਸੀਆਂ ਦੀ ਉਹਨਾਂ ਨੇ ਇਸ ਦੀ ਚੜ੍ਹਤ ਦੇਖ ਲਈ ਪਰ ਇਹ ਫਿਰ ਵੀ ਸਿਮਰਜੀਤ ਸਿੰਘ ਮਾਨ ਦੇ ਨਾਲ ਕਾਫੀ ਸਾਲ ਰਿਹਾ ਉਹਨਾਂ ਦੇ ਨਾਲ ਇਸ ਦੀ ਰਿਸ਼ਤੇਦਾਰੀ ਲੱਗਦੀ ਸੀ ਸਮੇ ਸਮੇ ਸਾਰਾ ਇਸ ਨੂੰ ਸਿਆਸੀ ਪਾਰਟੀਆਂ ਵਰਤ ਰਹੀਆਂ ਵਰਤਦੀਆਂ ਰਹੀਆਂ ਆਪ ਨੇ ਕੰਮਾਂ ਵਾਸਤੇ ਤੇ ਇਹ ਉਹਨਾਂ ਦੇ ਕੰਮ ਵੀ ਆਉਂਦਾ ਰਿਹਾ ਪਰ ਜਸਟ ਟਾਈਮ ਇਹ ਜੇਲ੍ਹ ਦੇ ਵਿੱਚੋਂ ਡੈਂਪੀ ਚੰਦਪਾਣ ਬਾਹਰ ਆਇਆ ਆ ਤੇ ਇਸ ਨੇ ਆਪਣਾ ਹਯੂਮ ਦੇਖਿਆ ਕਿ ਲੋਕ ਇੰਨੇ ਇਸ ਦੇ ਨਾਲ ਜੁੜੇ ਹੋਏ ਸੀਗੇ ਤੇ ਉਸ ਦਾ ਜਿਹੜਾ ਥੋੜਾ ਜਿਹਾ ਸਿਹਰਾ ਇਸ ਦੇ ਪਿਤਾ ਦੇ ਵੀ ਜਾਂਦਾ ਸੀ ਕਿਉਂਕਿ ਇਸ ਦੇ ਡੈਡੀ ਸਰਪੰਚ ਸੀਗੇ ਤੇ ਉਹਨਾਂ ਨੇ ਵੀ ਆਪਣੇ ਹਲਕੇ ਵਿੱਚ ਬਹੁਤ ਕੰਮ ਕੀਤੇ ਸੀ ਤੇ ਬਹੁਤ ਲੋਕਾਂ ਦੇ ਉਹ ਕੰਮ ਆਉਂਦੇ ਸੀਗੇ ਤੇ ਉਦੋਂ ਹੀ ਡੈਂਪੀ ਚੰਦਪਾਣ ਨੇ ਇਹ ਐਲਾਨ ਕੀਤਾ ਕਿ ਆਉਣ ਵਾਲੀਆਂ 2007 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮੈਂ ਆਜ਼ਾਦ ਉਮੀਦਵਾਰ ਖੜਾ ਹੋਵਾਂਗਾ ਪਰ ਉਦੋਂ ਅਕਾਲੀ ਤੇ ਕਾਂਗਰਸ ਵਾਲੇ ਇਸ ਨੂੰ ਟਿਕਟਾਂ ਟਿਕਟ ਦੇ ਰਹੇ ਸੀ ਵੀ ਕਿਸੇ ਪਾਸਿਓਂ ਵੀ ਇਹ ਖੜ੍ਹ ਸਕਦਾ ਸੀ ਪਰ ਇਸ ਨੇ ਦੋਨਾਂ ਨੂੰ ਨਾ ਕਰ ਦਿੱਤੀ ਇਹ ਆਜ਼ਾਦ ਉਮੀਦਵਾਰ ਖੜਾ ਹੋਉਂਦਾ ਇਸ ਨੇ ਫੈਸਲਾ ਕੀਤਾ ਤੇ ਫਿਰ ਇਸ ਦੇ ਵਾਸਤੇ ਟਰੈਪ ਵਿਛਾਇਆ ਗਿਆ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਚੰਡੀਗੜ੍ਹ ਇਸ ਦਾ ਇਸ ਨੂੰ ਲਜਾਇਆ ਗਿਆ ਵੀ ਕੋਈ ਇਸ ਦੇ ਯਾਰਾਂ ਦੋਸਤਾਂ ਨੂੰ ਕਹਿੰਦੇ ਕਿ ਜੋਗਾ ਪਾਇਆ ਗਿਆ ਸਿਆਸੀ ਪਾਰਟੀਆਂ ਵੱਲੋਂ ਕਿਸ ਨੂੰ ਕਿਸੇ ਤਰੀਕੇ ਨਾਲ ਮਰਵਾਇਆ ਜਾਵੇ ਕਿਸ ਦੀ ਇੰਨੀ ਚੜ੍ਹਾਈ ਹੋ ਚੁੱਕੀ ਆ ਇਸ ਨੂੰ ਚੰਡੀਗੜ੍ਹ ਲਜਾਇਆ ਗਿਆ ਤੇ ਜਦੋਂ ਇਸ ਦੀ ਇੱਕ গারਲਫ੍ਰੈਂਡ ਸੀਗੀ ਜਦੋਂ ਉਸ ਨੇ ਇਸ ਨੂੰ ਮਿਲਣ ਵਾਸਤੇ ਸੁਖਮਣਾ ਲੇਕ ਦੇ ਕੰਡੇ ਤੇ ਬੁਲਾਇਆ ਤਾਂ ਉਦੋਂ ਇਹ ਆਪਣੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਥਿਆਰ ਨਹੀਂ ਲੈ ਕੇ ਗਿਆ ਤੇ ਅਕਸਰਸ ਦੇ ਨਾਲ 20-22 ਮੁੰਡੇ ਹੁੰਦੇ ਸੀਗੇ ਹਰ ਵੇਲੇ ਹਥਿਆਰਾਂ ਵਾਲੇ ਕਿਉਂਕਿ ਉਸ ਨੂੰ ਪਤਾ ਸੀਗਾ ਕਿ ਨਾਲ ਆਪਣੇ ਸਿਕਿਉਰਟੀ ਜ਼ਰੂਰੀ ਹੈ ਕਿਉਂਕਿ ਇਹ ਉਦਾਂ ਦੀ ਦੁਨੀਆ ਦੇ ਵਿੱਚ ਪੈਰ ਰੱਖ ਚੁੱਕਿਆ ਸੀਗਾ ਗੈਂਗਸਟਰਾਂ ਦੇ ਨਾਲ ਸਬੰਧ ਸੀ ਤੇ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਗੱਲ ਤੋਂ ਇਹਦੇ ਟਕਰਾਅ ਵੀ ਹੁੰਦੇ ਰਹਿੰਦੇ ਸੀ ਤੇ ਉਹਨਾਂ ਟਾਈਮਾਂ ਦੇ ਵਿੱਚ ਫਰੋਤੀਆਂ ਦਾ ਦੌਰ ਵੀ ਚੱਲਦਾ ਹੁੰਦਾ ਸੀਗਾ ਡੈਂਪੀ ਚੰਦਪਾਣ ਜਦੋਂ ਆਪਣੀ ਕੋਠੀ ਦੇ ਵਿੱਚੋਂ ਕੁੜੀ ਨੂੰ ਮਿਲਣ ਵਾਸਤੇ ਜਾ ਰਿਹਾ ਸੀਗਾ ਤਾਂ ਉਸਦੇ ਦੋਸਤ ਉਸਦੇ ਨਾਲ ਚਲਪੇ ਤੇ ਪਰੇਸ ਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਆ ਲਓ ਮੇਰਾ ਰਵਾਲਵਰ ਕੋਈ ਗੱਲ ਨਹੀਂ ਮੈਂ ਇੱਥੇ ਹੀ 10 ਮਿੰਟਾਂ ਦੇ ਵਿੱਚ ਮਿਲ ਕੇ ਆਇਆ ਉਦੋਂ ਹੀ ਜਦੋਂ ਦੋਸਤ ਉਸਦੇ ਚੱਲ ਗਏ ਉਹ ਲੜਕੀ ਸੁਪਨਾ ਲੇਖ ਦੇ ਕਿਨਾਰੇ ਤੇ ਆਈ ਦੋਵੇਂ ਉੱਥੇ ਖੜ ਕੇ ਗੱਲਾਂ ਕਰ ਰਹੇ ਸੀ ਤੇ ਮੋਟਰਸਾਈਕਲ ਤੇ ਤੇ ਦੋ ਨੌਜਵਾਨ ਆਏ ਤੇ ਉਹਨਾਂ ਨੇ ਮੌਕੇ ਤੇ ਫੈਰੰਗ ਕਰਕੇ ਡੈਂਪੀ ਚੰਦਪਾਣ ਦੇ ਉੱਪਰ ਗੋਲੀਆਂ ਦੀ 부ਛਾੜ ਕਰ ਦਿੱਤੀ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ ਪਰ ਉਹ ਬਚ ਨਹੀਂ ਸਕਿਆ ਤੇ ਜਿਹੜੀ ਲੜਕੀ ਸੀ ਬਾਅਦ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੋਈ ਉਸ ਦਾ ਨਾਰਗੋ ਟੈਸਟ ਕਰਵਾਇਆ ਗਿਆ ਤੇ ਉਹ ਬੇਗੁਨਾਹ ਸਾਬਤ ਹੋਈ ਤੇ ਹਜੇ ਤੱਕ ਵੀ ਡੈਂਪੀ ਚੰਦਪਾਨ ਦੀ ਮੌਤ ਦਾ ਅਸਲੀ ਕਾਰਨ ਨਹੀਂ ਪਤਾ ਲੱਗਿਆ ਕਿ ਵੀ ਕਿਹਾ ਜਾ ਰਿਹਾ ਸੀ ਲੋਕਾਂ ਵੱਲੋਂ ਕਿ ਜਿਹੜੇ ਵੱਡੇ ਘਰਾਣੇ ਨੇ ਪੰਜਾਬ ਦੇ ਸਿਆਸੀ ਪਾਰਟੀਆਂ ਨੇ ਉਹਨਾਂ ਵੱਲੋਂ ਹੀ ਇਸ ਦਾ ਕਤਲ ਕਰਵਾਇਆ ਗਿਆ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ 2007 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੋਟ ਕਪੂਰੇ ਤੋਂ ਡੈਂਪੀ ਜੰਦ ਭਾਨ ਦੀ ਜਿੱਤ ਪੱਕੀ ਸੀ ਹਾਲਾਂਕਿ ਜੇ ਟਿਕਟ ਦੀ ਐਲਾਨ ਨਹੀਂ ਕੀਤਾ ਸੀ ਹੋ ਸਕਦਾ ਵੀ ਕਿਸੇ ਵੀ ਏਰੀਆ ਦੇ ਵਿੱਚੋਂ ਮਾਲਵੇਚੋਂ ਖੜ ਜਾਂਦਾ ਤੇ ਇਹਨੇ ਜਿੱਤਣਾ ਹੀ ਜਿੱਤਣਾ ਸੀ ਤੇ ਇਸ ਦੀ ਗੇਮ ਉਹਨਾਂ ਨੇ ਪਹਿਲਾਂ ਹੀ ਪਵਾ ਦਿੱਤੀ ਫਿਰ ਉਸ ਤੋਂ ਮਰ ਇੱਕ ਇਨਸਾਨ ਨੇ ਆਪਣੇ ਸਹਾਰਾ ਲਿਆ ਵੀ ਸਾਰਾ ਕਿ ਮੈਂ ਮਾਰਿਆ ਪਰ ਲੋਕਾਂ ਨੇ ਉਸ ਗੱਲ ਦਾ ਯਕੀਨ ਨਹੀਂ ਕੀਤਾ ਕਿ ਇਹ ਨਹੀਂ ਹੋ ਸਕਦਾ ਉਸ ਨੂੰ ਮਾਰਨ ਵਾਲਾ ਕਿਉਂਕਿ ਖੁਦ ਡੈਂਪੀ ਚੰਦਪਾਣ ਨੇ ਹੀ ਉਸ ਲੜਕੇ ਨੂੰ ਪੈਦਾ ਕੀਤਾ ਸੀ ਯਾਨੀ ਕਿ ਖੜਾ ਕੀਤਾ ਸੀਗਾ ਬਰੋਬਰ ਤੇ ਉਹ ਕਦੇ ਵੀ ਇਦਾਂ ਯਾਰ ਮਾਰ ਨਹੀਂ ਸੀ ਕਰ ਸਕਦਾ ਤੇ ਹਜੇ ਤੱਕ ਵੀ ਡੈਂਪੀ ਚੰਦਪਾਣ ਦੇ ਕਤਲ ਕਾਤਲਾਂ ਦਾ ਨਹੀਂ ਪਤਾ ਲੱਗਿਆ ਕਿ ਕੌਣ ਸੀ ਉਹ ਅਣਪਛਾਤੇ ਸੀਗੇ ਜਿਹੜੀਆਂ ਗੋਲੀਆਂ ਮਾਰ ਕੇ ਚੱਲ ਗਏ ਹੁਣ ਗੱਲ ਇੱਥੇ ਇਹ ਹੈ ਕਿ ਜੇਕਰ ਲੋਕਾਂ ਦੇ ਹਿਸਾਬ ਨਾਲ ਲੱਕ ਦੇ ਹਿਸਾਬ ਨਾਲ ਦੇਖਿਆ ਜਾਵੇ ਕਿ ਲੋਕ ਫਰਿਆਦ ਲੈ ਕੇ ਜਾਂਦੇ ਹੁੰਦੇ ਸੀ ਨਾ ਹੋ ਕਿਸੇ ਸਰਕਾਰੀ ਵਿਭਾਗ ਵਿੱਚ ਸੀਗਾ ਪਰ ਫਿਰ ਵੀ ਲੋਕਾਂ ਦੇ ਉਹ ਕੰਮ ਆਉਂਦਾ ਸੀਗਾ ਉਹਨਾਂ ਲੋਕਾਂ ਵਾਸਤੇ ਉਹ ਇੱਕ ਫਰਿਸ਼ਤਾ ਸੀਗਾ ਕਿ ਲੋਕ ਉਸ ਦੇ ਕੋਲੇ ਜਾਂਦੇ ਹੁੰਦੇ ਸੀ ਪਰ ਦੂਜੇ ਪਾਸੇ ਦੇਖਿਆ ਜਾਵੇ ਗੈਂਗਸਟਰਾਂ ਦੇ ਕਹਿਣ ਦੇ ਉੱਪਰ ਜਿਹੜੀਆਂ ਫਰੋਤੀਆਂ ਲਈਆਂ ਨੇ ਜਾਂ ਕੁਝ ਵੀ ਕੀਤਾ ਆ ਤੇ ਉਹਦੇ ਵਿੱਚ ਇਹੋ ਗੁਨਾਹਗਾਰ ਵੀ ਬਣਦਾ ਆ ਕਹਿਣ ਦਾ ਮਤਲਬ ਕਿ ਜਿਹੜਾ ਗੈਂਗਸਟਰਾਂ ਦਾ ਰਸਤਾ ਆ ਉਸ ਦੇ ਵਿੱਚ ਮੌਤ ਪੱਕੀ ਆ ਅੱਜ ਨਹੀਂ ਤਾਂ ਕੱਲ ਜਿਹੜਾ ਰਾਹ ਗਲਤ ਆ ਉਹੋ ਗਲਤ ਆ ਜਿਹੜਾ ਰਾਹ ਸਹੀ ਆ ਉਹੋ ਸਹੀ ਆ ਬਾਕੀ ਤੁਸੀਂ ਆਪਣੇ ਵਿਚਾਰ ਜਰੂਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਤ ਤੋਂ ਵੱਧ ਮਿਲਦੇ ਆ ਕਿਸੇ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਸੁਣਨ ਵਾਸਤੇ